ਆਵਾ ਦੇਣ ਹੋਏ ਮੈਂ ਕਹਿੰਦਾ 5 ਦਿਨ ਤਾਂ ਅੱਜ ਹੀ ਹੋ ਗਏ ਬਲੌਗ ਆਏ ਨੂੰ ਬਾਬਾ ਜੀ ਫੇਰ ਕਰੂ ਤਾਂ ਮੁੱਕੇ ਜੇ ਤੇ ਕੱਲ ਨੂੰ ਜਾਣਾ ਆਪਾਂ ਬੁੱਲਟ ਦਾ ਟਾਇਰ ਪਾਉਣ ਆ ਦੇਖੋ ਵੇਲਰ ਵਾਲੇ ਹਾਂ ਹਾਂ ਕੱਲੇ ਤਾਂ ਨਿਕਲੇ ਆਇਆ ਨਾ ਥੋੜਾ ਲੇਟ ਭੀਜਿਆ ਉਹ ਮੁੰਡਾ ਸੰਧੂਆ ਦਾ मैं रमन से तुम देख रहे हो रमन संदूक अज आप चले आना खेत गोबला लैन चले आना इधर देखो सेंटर चल रहा बाकी है ना ब्लॉग बाबा लेट हो ही जाते बाबा दिन हो मैं कहना 5 दिन तो अज ही हो गए ब्लॉग आए नू बाकी चलो हम आप कहते पैसे हम आया करा रेगुलर पाया करा तो कणक कुणक देखो चलो गेटा के कॉलेज ही करते करके कहते सानू भी आगे दो समान हाँ अगर मैं ब्लॉगों की गल करता भी ब्लॉग यार बाबा लेट हो गए है ना आते नहीं गए हूँ कदे आ गया कदे 4 दिन बाद आ गया कदे 5 अपने पिंड का गुरुद्वारा साहब आ गया भी कितने आ गया कि नहीं है ना 4 दिन 5 अरे ब्लॉगों का यार की दसीए थोड़ा काम ही है जी ता करके ब्लॉग नहीं आते जी वैसे हम आया कर सड़क खराब आ टाइम बड़ा लगता तो हम आने अज वैसे मैं जाना सी बुलट का टायर पा अगे भी थोड़ा कहा ना जितने के टी एम जी मैंने वह अज जाना बुलट टायर पा अज मैं गया नहीं हूँ कल जाऊँगा अज ता नहीं गया एक तो मिस्त्री लगे घरें वो नहीं यार जान देंगे वो कदे आह समान लिया दे कदे आह समान लिया दे ता करके ते कोई नहीं कल नू जाना आप बुलट का टायर पा पर कल नू यार मंगलवार आ जाना चल नहीं होर कितों पा लाँगे मझोले भी हैगा सारगंज ना गए कल नू करांगे टायर पाना कल नू कितों पाइए ठीक है ना जे हुण आया करांगे यार रोज़ ही आया करू ब्लॉग एक दिन छड्ड के हम थोड़ा काम सैट हो गया बेचे ना काम भी तुम्हें पता घर के काम करके ना एकदम मिस्त्री लगे करके घर जिमें दरवाजे पॉलिश पुलिश होंगी थी ना तो लकड़ वाले मिस्त्री ता करके नहीं ब्लॉग होंगे जी हम आया कर चक लीए जा आ गए आप खेत कणक देखो अपनी दे कणक ना वैसे सही है ना लोग लाई जान इन्नी भी लेट नहीं लगी गी ठीक आ रौनी रूनी करके बीजी आ वधिया अजे पानी पुनी नहीं लग्या पहला मीह पै तां लोड़ ही ना पवे पहले पानी दी अके मौसम देखो तुसी मौसम इस टाइम होया पिया औसम हुण क्योंकि ना कल भी कणियां जिहियां पईयां सी ना पंजाब तां मीह पै टिया अपने इत्थे नहीं पिया ते कल भी कणियां जी पैंदियां सी शाम नूं ते मैनूं लगदा आऊगा
ਬੱਦਲ ਬੁੱਦਲ ਦਾ ਹੋਇਆ। ਛੋਟੀ ਟਰਾਲੀ ਪਾ ਕੇ ਲੈ ਕੇ ਆਇਆ ਸੀ ਮੈਂ, ਕਿਉਂਕਿ ਗਮਲਾ ਲੈ ਕੇ ਜਾਣਾ ਮੈਂ, ਤੇ ਬਾਕੀ ਆਪਣਾ ਗੰਨਾ ਉੱਧਰ ਹਜੇ ਪੇੜੀ ਛਿਲਦੀ ਹੈ ਲੇਬਰ, ਅੱਜ ਤਾਂ ਤੁਹਾਨੂੰ ਜਿਵੇਂ ਦੱਸਿਆ ਲੱਗੀ ਨੀਗੀ। ਤੇ ਬਾਕੀ ਔਰ ਆਪਣੇ ਹੁਣ ਬਲੌਗ ਹੈ ਨਾ ਯਾਰ ਆਇਆ ਕਰਨਗੇ ਡੇਲੀ, ਮੈਨੂੰ ਤਾਂ ਆਪ ਬੜਾ ਲੱਗਦਾ ਕਿ ਯਾਰ ਬਲੌਗ ਨਹੀਂ ਆਏ ਇੰਨੇ ਦਿਨ ਕੀ ਵਿੱਚ ਜੇ ਇੱਕ ਦਿਨ ਮੇਲੇ ਵਾਲਾ ਬਲੌਗ ਪਾਤਾ ਅਤੇ ਕੇ ਟੀ ਐੱਮ ਦੀ ਬੈਟਰੀ ਵਾਲਾ, ਫਿਰ ਪੰਜ ਦਿਨ ਨੇ ਯਾਰ। ਹੁਣ ਰੈਗੂਲਰ ਆਉਣਗੇ ਬਲੌਗ, ਟੈਨਸ਼ਨ ਨਾ ਲਓ, ਹੁਣ ਡੇਲੀ ਆਇਆ ਕਰੂਗਾ ਬਲੌਗ। ਡੇਲੀ ਜਿਵੇਂ ਅੱਗੇ ਆਉਂਦਾ ਨਹੀਂ ਸੀ ਨਾ ਇੱਕ ਦਿਨ ਛੱਡ ਕੇ ਆਉਂਦਾ ਸੀ ਜਿਵੇਂ ਅੱਗੇ, ਉਵੇਂ ਹੀ ਆਇਆ ਕਰਨਗੇ ਪਰ ਯਾਨੀ ਕਿ ਰੈਗੂਲਰ ਆਉਣਗੇ। ਅਤੇ ਮੈਨੂੰ ਤਾਂ ਪ੍ਰਿੰਸ ਆਪ ਕਹਿੰਦਾ ਸੀ, ਕਹਿੰਦਾ ਚਾਚਾ ਤੂੰ ਬਲੌਗ ਨਹੀਂ ਬਣਾਉਂਦਾ, ਬਣਾ ਕੇ ਭੇਜ, ਉਹ ਤਾਂ ਮੈਨੂੰ ਡੇਲੀ ਕਹਿੰਦਾ, ਹੁਣ ਮੈਨੂੰ ਨਹੀਂ ਟਾਈਮ ਲੱਗਦਾ ਸੀ। ਹੁਣ ਡੇਲੀ ਬਣਾ ਕੇ ਕੀ ਦੇਖੋ, ਖੇਤ ਆ ਕੇ ਹੈ ਨਾ ਵੱਖਰਾ ਹੀ ਨਜ਼ਾਰਾ ਆਉਂਦਾ ਯਾਰ। ਦੇਖੋ ਜੋਨ ਡੀਅਰ ਲੈ ਕੇ ਆਇਆ ਅੱਜ ਮੈਂ, ਚੱਲ ਇੱਥੇ ਅੱਗੇ ਖੜਾ ਸੀਗਾ ਮੈਂ, ਚੱਲ ਗਮਲਾ ਲੈ ਕੇ ਆਉਣਾ ਵਾ। ਬਾਕੀ ਹਵਾ ਦੇਖੋ ਠੰਡੀ ਠੰਡੀ ਹਵਾ ਚੱਲਦੀ ਹੈ ਨਾ, ਮੌਸਮ ਤਾਂ ਪੂਰਾ ਘੈਂਟ ਰਿਹਾ ਪਿਆ। ਕੱਲ੍ਹ ਨੂੰ ਭਰਾਂਗੇ ਟਰਾਲੀ, ਕਿਉਂਕਿ ਗੰਨਾ ਤਾਂ ਹੈਗਾ ਖੇਤ 'ਚ ਨਾ, ਕੱਲ੍ਹ ਤਲਾਤੀ ਸੀ ਜਿਤੇਂਦਰ ਤੋਂ ਬਾਅਦ, ਅੱਜ ਉਹਨੇ ਆ ਜਾਣਾ ਆ ਕੇ ਕੱਲ੍ਹ ਨੂੰ ਭਰੂਗਾ। ਅਤੇ ਬਾਕੀ ਉੱਧਰ ਵੀ ਮੈਂ ਤੁਹਾਨੂੰ ਦਿਖਾਉਂਦਾ ਜਿੱਧਰ ਨਾ ਗੰਨਾ ਬੀਜਿਆ ਹੋਇਆ ਆਪਣਾ ਕੱਤੇ ਵਾਲਾ, ਉਹ ਵੀ ਵਧੀਆ ਨਿਕਲਿਆ ਵਾ। ਯਾਰ ਕਿ ਠੰਡ ਹੈ ਨਾ, ਦੇਖ ਲਓ ਆਹ ਹੁਣ ਕੱਲ੍ਹ ਦੀ ਥੋੜ੍ਹੀ ਹੋ ਗਈ, ਨਹੀਂ ਤਾਂ ਦਿਨੇ ਬਹੁਤ ਗਰਮੀ ਧੁੱਪ ਪਈ ਜਾਂਦੀ ਹੈ ਨਾ, ਆਹ ਹਾਲ ਹੋਇਆ ਪਿਆ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਖੇਤ, ਉੱਧਰ ਉੱਤੋਂ ਦੀ ਘੁੰਮ ਕੇ ਜਾਣਾ ਪੈਂਦਾ ਇੱਧਰ ਦੀ, ਚੱਲਦੇ ਹਾਂ ਲਓ ਤੁਹਾਨੂੰ ਵੀ ਲੈ ਕੇ ਚੱਲੀਏ ਅਤੇ ਚੱਲ ਕੇ ਰੈਗੂਲਰ ਰੱਖ ਲਈਏ। ਅਰੇ ਚੌਕ ਜੀ ਬਾਹਰ ਰਹਿ ਗਈ ਓਏ, ਨਾ ਜਾਂਦੀ ਨਹੀਂ ਇਹਦੀ ਅੰਦਰ ਯਾਰ ਚੌਕ ਚਲਦੀ। ਇਸੇ ਕਰਕੇ ਵਲੌਗ ਨਹੀਂ ਹੁੰਦੇ ਸੀ, ਕਿਉਂਕਿ ਵਿੱਚ ਹਜੇ ਤਾਂ ਲੱਕੜ ਵਾਲੇ ਮਿਸਤਰੀ ਹਟ ਗਏ ਅਤੇ ਉਹ ਉਹਨਾਂ ਨਾਲ ਕਦੇ ਸਮਾਨ ਲੈਣ ਗਏ ਅਤੇ ਯਾਰ ਮੈਂ ਕਿਹਾ ਫਿਰ ਮੈਂ ਜਾਂ ਮੈਂ ਇੱਕ ਵਾਰ ਫ੍ਰੀ ਹੋ ਜਾਈਏ ਫਿਰ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ। ਹੁਣ ਆਪਾਂ ਫ੍ਰੀ ਹਾਂ ਜਾਂ ਡੇਲੀ ਵਲੌਗ ਆਇਆ ਕਰਨਗੇ ਸਮਝ ਲਓ। ਹਾਂ ਹੁਣ ਮੈਂ ਚੱਲ ਜਿੱਥੇ ਗੁਮਲਾ ਲੈਣ, ਮੈਂ ਚਲੋ ਵਲੌਗ ਬਣਾ ਲੈਂਦੇ ਹਾਂ, ਚਲੋ ਹੁਣ ਆਪਾਂ ਇੱਥੇ ਖੇਤ ਹੀ ਮਿਲ ਲਓ ਵੀ ਬਾਬਾ ਗੁਮਲਾ ਲੱਦਣ ਲੱਗ ਗਏ ਸੀਗੇ। ਆਪਣਾ ਗੰਨਾ ਆਹ ਪੇੜੀ ਆ, ਹਜੇ ਤਾਂ ਮੈਂ ਕਹਿੰਦਾ ਕਿੱਲਾ ਡੇਢ ਕਿੱਲਾ ਕੁ ਨਿਕਲੇ, ਨਹੀਂ ਯਾਰ ਜ਼ਿਆਦਾ ਨਿਕਲ ਗਈ ਹੋਊਗੀ, ਇੰਨੀ ਕੁ ਨਿਕਲੀ ਹੋਣੀ ਆ ਯਾਰ। ਬਾਕੀ ਹਜੇ ਤਾਂ ਸਾਰੀ ਖੜੀ ਆ, ਠੀਕ ਆ। ਇੱਧਰ ਆ ਨੌ ਲੱਖਾ ਫਿਰ ਸਾਰਾ ਇੱਧਰ ਨੂੰ ਉੱਧਰ ਨੂੰ ਸਾਰਾ, ਅਤੇ ਅੱਜ ਨਾਲ ਹੀ ਲੱਗੀ ਹੋਈ ਆ ਲੇਬਰ ਇੱਧਰ ਸਨੀ ਕੇ। ਤਿੰਨ ਦਿਨ ਆਪਣੇ ਚੱਲਦੀ ਆ, ਤਿੰਨ ਦਿਨ ਉਹਨਾਂ ਦੇ। ਲਾਈਟ ਵੀ ਆ ਗਈ ਓਲ, ਇਹਦਾ ਤੈਨੂੰ ਚਿੱਟਾ ਚਿੱਟਾ ਪਾਣੀ ਜਿਹੜੇ ਬੱਦਲ ਦੇਖੋ ਤੁਸੀਂ, ਔਸਮ ਹੈ। ਅਤੇ ਬਾਕੀ ਇੱਕ ਰਾਹ ਹੈ ਨਾ ਇਹੋ ਜਿਹਾ ਵਾ, ਰਾਹ ਕਰਕੇ ਥੋੜ੍ਹਾ ਟਾਈਮ ਲੱਗ ਜਾਂਦਾ ਰਾਹ ਕਰਕੇ, ਅਤੇ ਨਹੀਂ ਪਿੱਛੇ ਤਾਂ ਵਧੀਆ ਉੱਡਦੇ ਆਏ ਹਾਂ। ਇੱਧਰ ਲਾਊ ਅੱਗੇ ਕਰ ਲਈ ਥੋੜ੍ਹਾ ਟਿਕਟ, ਟ੍ਰੇਲਰ ਵਾਲੇ ਆ ਗੰਨਾ ਜੀ, ਇਹ ਗੰਨੇ ਦੀਆਂ ਵੀ ਬਣਦੀਆਂ ਨੇ ਆਪਣੇ, ਬਣਾ ਕੇ ਚੁੱਕੀ ਹੋਈ ਇੱਧਰ ਆਏ ਨਾ। ਫਿਰ ਹੁਣ ਆਪਾਂ ਇਹ 'ਚ ਵੀ ਕਣਕ ਬੀਜਣੀ ਆ ਪੇੜੀ ਵਾਲੇ 'ਚ, ਇੱਕ ਖਾਣ ਵਾਲੀ ਛੱਬੀ ਬੀਜ ਦਿੰਦੇ ਹਾਂ ਜਿਵੇਂ ਹੈ ਨਾ, ਇਹ 'ਚ ਵੀ ਕਣਕ ਤਾਂ ਹੀ ਨਾਲ ਦੀ ਨਾਲ ਕੀ ਕਹਿੰਦੇ ਆ ਲਵਾ ਦੇਈਦਾ ਪਹਿਲਾਂ, ਫਿਰ ਇੱਥੋਂ ਵਾਹ ਕੇ ਕਣਕ ਬੀਜਾਂਗੇ ਟਾਈਮ ਨਾਲ ਜਿੰਨੀ ਜਿੰਨੀ ਖਾਲੀ ਹੋਈ ਗਈ
ਉੱਨੀ ਇੰਚ ਬੀਜ ਦਾਂਗੇ ਕਣਕ, ਫਿਰ ਖਾਣ ਵਾਲੀ ਵਧੀਆ 26 ਕਣਕ ਬੀਜ ਦਾਂਗੇ, ਘੈਂਟ ਹੋ ਜਾਂਦੀ ਹੈ। ਆਪਾਂ ਵੀ ਐਂ ਨਾ ਤਾਰ ਲਵਾ ਦੇਣੀ ਆ ਖੇਤ ਦੇ ਆਲੇ ਦੁਆਲੇ, ਪਤਾ ਬਹੁਤ ਨੁਕਸਾਨ ਕਰਦੇ ਆ ਡੰਗਰ, ਇੰਨਾ ਨੁਕਸਾਨ ਕਰਦੇ ਆ ਜਾਨਵਰ ਬਹੁਤ ਜ਼ਿਆਦਾ। ਆਹ ਰਿੰਕੂ ਜੀ ਨੇ ਤਾਂ ਲਵਾ ਦੀ, ਰਿੰਕੂ ਦਾ ਕਰਨਾ ਇਹ ਗੰਨਾ ਰਿੰਕੂ ਆਪਣੇ ਨਾਲ ਪਹਿਲਾਂ ਨਾ ਬੀਜਿਆ ਹੋਇਆ, ਆਪਣਾ ਅਜੇ ਲੇਟ ਬੀਜਿਆ ਸੀਗਾ ਨਾ, ਨਿਕਲਿਆ ਆ ਉੱਤਰ ਕੇ ਦਿਖਾਵਾਂ ਮੈਂ ਤੁਹਾਨੂੰ। ਨਿਕਲਿਆ ਵਾ ਕੱਲੇ ਤਾਂ ਨਿਕਲਿਆ, ਆਇਆ ਨਾ ਥੋੜ੍ਹਾ ਲੇਟ ਬੀਜਿਆ ਸੀ ਤਾਂ ਇਸ ਕਰਕੇ ਨਾ। ਆਹ ਦੇਖੋ ਹੈਂ ਹੁਣ ਨਿਕਲਣ 'ਚ ਦਿਖਣ 'ਚ ਲੱਗ ਗਿਆ, ਅਤੇ ਚਲੋ ਹੋ ਜਾਣਾ ਇਹਨੇ ਵੀ ਬਰਾਬਰ, ਅਤੇ ਆਪਾਂ ਵੀ ਇਹਦੀ ਤਾਰ ਲਵਾ ਦੇਣੀ ਆ। ਚਲੋ ਹੁਣ ਆਪਾਂ ਚੱਲ ਕੇ ਨਾ ਅੱਗੇ ਮਿਲ ਜਾਂਦੇ ਹਾਂ, ਅੱਗੇ ਡੈਡੀ ਵੀ ਹੁਣੇ ਆਇਆ, ਉਹ ਹੋ ਗਿਆ ਡੈਡੀ ਵੀ ਮੋਟਰਸਾਈਕਲ 'ਤੇ ਹਜੇ ਹੁਣੇ ਆਇਆ ਸੀਗਾ। ਚਲੋ ਆਪਾਂ ਅੱਗੇ ਮਿਲ ਜਾਂਦੇ ਮੈਂ ਬਾਹਰ ਹੀ ਖੜੀ ਕਰਤੀ ਜੀ, ਗੱਡੀ ਅੱਜ ਆਪਣੀ ਬਾਹਰ ਹੀ ਖੜ੍ਹੀ ਆ, ਇਹ ਹੁਣ ਜਾਣਾ ਹੀ ਆ ਸ਼ਹਿਰ ਨੂੰ, ਮੈਂ ਤਾਂ ਕਰਕੇ ਅੰਦਰ ਨਹੀਂ ਕੀਤੀ ਸੀ। ਇੱਧਰ ਤੂੰ ਜਾ ਖੜਾ, ਅਤੇ ਰੈਂਬੋ ਦਿਖਾਵਾਂ ਤੈਨੂੰ, ਰੈਂਬੋ 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 ਥੋੜ੍ਹਾ ਨਾ ਪਤਾ ਨਹੀਂ ਠੀਕ ਜਾਂ ਨਹੀਂ ਸੀਗਾ, ਪਤਾ ਨਹੀਂ ਕੀ ਚੱਕਰ, ਹੁਣ ਤਾਂ ਠੀਕ ਹੋ ਗਿਆ। ਅੱਗੇ ਨਾ ਇਹਦਾ ਕੰਨ ਬੜਾ ਖਰਾਬ ਹੁੰਦਾ ਯਾਰ, ਕਿ ਮੈਂ ਦਿਖਾਊਂਗਾ ਡਾਕਟਰ ਨੂੰ ਕਿਸੇ ਨੂੰ, ਕਿਸੇ ਵਧੀਆ ਡਾਕਟਰ ਨੂੰ ਦਿਖਾਉਣਾ ਯਾਰ, ਇਹਦਾ ਕੰਮ ਕੰਨ ਬੜਾ ਖਰਾਬ ਹੋ ਜਾਂਦਾ। ਰੈਂਬੋ ਸੁਸਤ ਜਿਹਾ ਬੈਠਾ, ਹੁਣ ਤਾਂ ਠੀਕ ਆ, ਹੁਣ ਟੀਕੇ ਟੂਕੇ ਲਵਾਏ ਸੀ ਅਤੇ ਅੱਗੇ ਤਾਂ ਬੜਾ ਓਵਰਆਲ ਜਿਹਾ ਹਾਲ ਸੀ। ਅਤੇ ਚਲੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਹੀ ਸੀ ਨਾ, ਅਤੇ ਹੁਣ ਆਹ ਡੇਲੀ ਬਲੌਗ ਆਇਆ ਕਰਾਂਗੇ ਆਪਣੇ, ਹੁਣ ਇਹ ਤੋਂ ਅਗਲਾ ਬਲੌਗ ਨਾ ਬੁਲਟ 'ਤੇ ਹੀ ਆਊਗਾ, ਅੱਜ ਵੈਸੇ ਬੁਲਟ 'ਤੇ ਹੀ ਬਣਾਉਣਾ ਸੀ, ਅਤੇ ਉੱਧਰ ਥੋੜ੍ਹਾ ਆਹ ਮਿਸਤਰੀਆਂ ਮਿਸਤਰੀਆਂ ਕਰਕੇ ਟਾਈਮ ਨਹੀਂ ਲੱਗਿਆ। ਹਾਂ ਦੇਖੋ ਜੀ ਵੀ ਇਹਨਾਂ ਦੀ ਮਸ਼ੀਨ ਆ ਪਈ ਮਿਸਤਰੀਆਂ ਦੀ ਆਪਣੇ, ਅਤੇ ਬਾਕੀ ਚਲੋ ਆਪਾਂ ਮਿਲਦੇ ਹਾਂ ਨੈਕਸਟ ਵਲੌਗ 'ਚ ਹੈ ਨਾ, ਅਤੇ ਘੈਂਟ ਤੋਂ ਘੈਂਟ ਵਲੌਗ ਲੈ ਕੇ ਆਉਂਦੇ ਰਹਾਂਗੇ। ਟੈਲ ਦੈਨ ਬਾਏ ਬਾਏ।